ਭਾਈ ਸਾਹਿਬ ਜੀ, ਅੱਜ ਕਿਸ ਸੰਬੰਧ ਦੇ ਵਿੱਚ ਤੁਸੀਂ ਇਹਨਾਂ ਨੂੰ ਸਨਮਾਨਿਤ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 21-8-2013 ਨੂੰ ਇੱਕ ਝੂਠਾ ਕੇਸ ਅਕਾਲੀ ਸਰਕਾਰ ਵੱਲੋਂ ਪਾਇਆ ਗਿਆ ਸੀਗਾ, ਜਿਹੜਾ ਕਿ ਨਵਾਂ ਠੱਠਾ ਗੁਰਦੁਆਰਾ ਸਾਹਿਬ ਹੈਗਾ, ਜਿੱਥੇ ਦੇ ਬਾਬਾ ਗੁਰਬਚਨ ਸਿੰਘ ਜੀ, ਮੇਰੇ ਖਿਆਲ ਉਹਨਾਂ ਦਾ ਨਾਂ ਬਾਬਾ ਗੁਰਬਚਨ ਸਿੰਘ, ਕਾਰ ਸੇਵਾ ਵਾਲੇ ਹੈ, ਗੁਰਚਰਨ ਸਿੰਘ, ਉਹਨਾਂ ਨੇ ਪਿੰਡ ਵਿੱਚ ਐਸੀ ਵੀਰਾਂ ਦੇ ਗੁਰਦੁਆਰੇ ਦੀ ਇਮਾਰਤ ਖਸਤਾ ਹੋ ਚੁੱਕੀ ਸੀ ਹਾਲਤ, ਇਮਾਰਤ ਬਣਾਈ ਸੀ ਨਵੀਂ, ਅਤੇ ਬੁੱਧਵਾਰ ਦਾ ਦਿਨ ਰੱਖਿਆ ਸੀਗਾ ਕਿ ਇੱਥੇ ਪ੍ਰਕਾਸ਼ ਕੀਤਾ ਜਾਊਗਾ ਧੰਨ ਗੁਰੂ ਗ੍ਰੰਥ ਸਾਹਿਬ ਦਾ। ਸ਼ਰਾਰਤੀ ਲੋਕਾਂ ਨੇ ਮਿਲ ਕੇ ਉੱਥੇ ਇੱਕ ਅਨੁਮਤੀ ਗ੍ਰੰਥ ਪ੍ਰਕਾਸ਼ ਕਰ ਦਿੱਤਾ ਅਤੇ ਲੋਕਾਂ ਵਿੱਚ ਰੌਲਾ ਪਾਤਾ ਕਿ ਰਮਾਇਣ ਹੈ। ਅਸੀਂ ਉਹਨੂੰ ਵੇਖਣ ਵਾਸਤੇ ਗਏ ਸੀ ਕਿ ਵਾਕਈ ਰਮਾਇਣ ਆ ਜਾਂ ਕੀ ਆ, ਧੱਕਾ ਕੀਤਾ, ਗੁਰੂ ਘਰ ਦੇ ਪੈਸੇ ਲੱਗੇ ਸੀ ਔਰ ਅਕਾਲੀ ਸਰਕਾਰ ਦੇ ਦਬਾਅ ਹੇਠ ਆਣ ਕੇ ਮੇਰੇ ਉੱਪਰ ਪਰਚਾ ਕਰ ਦਿੱਤਾ ਸੀ 200 ਜਿਹੜਾ ਗ੍ਰੰਥ ਉਹ ਰਮਾਇਣ ਸੀ ਜਾਂ ਹੋਰ ਕੁਛ? ਨਾ ਜੀ, ਉਹਦਾ ਰਾਮ ਤੀਰਥ ਵਾਲਿਆਂ ਦਾ ਕੋਈ ਗ੍ਰੰਥ ਹੈਗਾ, ਪੂਰਨ ਦਾਸ ਦਾ ਲਿਖਿਆ ਹੋਇਆ। ਉਹਦੇ ਤੋਂ ਬਾਅਦ ਇਹਨਾਂ ਨੇ ਫਿਰ ਮੇਰੇ 'ਤੇ ਜੀ 295A 389 ਧਾਰਾਂ ਲਾ ਦਿੱਤੀਆਂ, ਪਰ ਸਾਡੇ ਕੋਲ ਤਾਂ ਕੋਈ ਪਹੁੰਚ ਨਹੀਂ ਸੀ, ਕੁਝ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਵੀਰ ਬਲਵਿੰਦਰ ਸਿੰਘ ਐਡਵੋਕੇਟ ਮੋਮੀ ਸਾਹਿਬ, ਇਹਨਾਂ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਫ੍ਰੀ ਕੇਸ ਲੜਿਆ, 5 ਸਾਲ ਇਹਨਾਂ ਨੇ ਸਾਡੇ ਕੋਲੋਂ ਕੋਈ ਫੀਸ ਨਹੀਂ ਲਈ, ਅਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਅਤੇ ਇਹਨਾਂ ਦੀ ਮਿਹਨਤ ਸਦਕਾ ਅਸੀਂ ਬਾਇਜ਼ਤ ਬਰੀ ਹੋਏ ਹਾਂ ਅੱਜ, ਇਸ ਕਰਕੇ ਇਹਨਾਂ ਦਾ ਸਨਮਾਨ ਕੀਤਾ। ਤਲਵੰਡੀ ਚੌਧਰੀਆਂ ਵਿੱਚ ਸੁਖਜੀਤ ਸਿੰਘ ਖੋਸੇ ਅਤੇ ਹਰਪ੍ਰੀਤ ਸਿੰਘ ਦੇ ਖਿਲਾਫ਼ 295, 380, 511 IPC ਦੇ ਅਧੀਨ ਦਰਜ ਹੋਇਆ ਸੀ, ਜਿਸ ਵਿੱਚ ਮਾਣਯੋਗ ਜੱਜ ਸਾਹਿਬ ਨੇ ਇਹਨਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ, ਕਿਉਂਕਿ ਇਹਨਾਂ ਦੇ ਖਿਲਾਫ਼ ਕੋਈ ਵੀ ਦੋਸ਼ ਸਾਬਤ ਨਹੀਂ ਸੀ ਹੋਏ।